ਇੱਥੋਂ ਤੱਕ ਤਾਂ ਮੁੱਦੇ ਦਾ ਸੰਬੰਧ ਹੈ, ਮੁੱਦਾ ਤਾਂ ਉਹ ਪੁਰਾਣਾ ਹੀ ਆ ਜਿਹੜਾ 2 ਸਾਲ ਪਹਿਲਾਂ ਮੋਦੀ ਸਰਕਾਰ ਨੇ ਜਦੋਂ ਕਿਸਾਨ ਭੋਲ ਚੱਲਦਾ ਸੀਗਾ ਉਸ ਤੋਂ ਬਾਅਦ ਜੋ 3 ਕਾਨੂੰਨ ਕਾਲੇ ਰੱਦ ਹੋਣ ਦੇ ਨਾਲ ਇੱਕ ਚਿੱਠੀ ਸੀਗੀ ਕੱਢੀ ਵੀ ਕਿਸਾਨਾਂ ਦੇ ਆਹ ਜਿਹੜੇ MSP ਦੀ ਮੰਗ ਆ ਜਾਂ ਜਿਹੜੀਆਂ ਹੋਰ ਮੰਗਾਂ ਉਹ ਮੰਨੀਆਂ ਜਾਣਗੀਆਂ। ਕੇਂਦਰ ਦੀ ਸਰਕਾਰ ਵੱਲੋਂ 2 ਸਾਲ ਟਾਲਾ ਵੱਟ ਕੇ ਨਿਕਾ ਦਿੱਤਾ ਗਿਆ, ਅੱਜ ਤੱਕ ਨਾ MSP ਦੀ ਗਰੰਟੀ ਦਾ ਕਾਨੂੰਨ ਬਣਿਆ, ਨਾ ਜਿਹੜੇ ਸ਼ਹੀਦ ਹੋਏ ਸੀਗੇ ਕੋਈ ਉਹਨਾਂ ਦੀ ਸਹਾਇਤਾ ਕੀਤੀ ਗਈ ਹੈ, ਨਾ ਹੀ ਲਖੀਪੁਰ ਖੀਰੀ ਦੇ ਜਿਹੜੇ ਦੋਸ਼ੀ ਸੀਗੇ ਉਹ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਅੰਦਰ ਕੀਤਾ ਗਿਆ, ਹਾਲੇ ਤੱਕ ਉਹ ਬਾਹਰ ਦਰਦ ਨਾਉਂਦਾ ਫਿਰਦਾ। ਸਾਡੀਆਂ ਉਹੀ ਪੁਰਾਣੀਆਂ ਮੰਗਾਂ ਨੇ, ਇਹਨਾਂ ਮੰਗਾਂ ਨੂੰ ਲੈ ਕੇ ਹੀ ਕੁਝ ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹ ਦਿੱਲੀ ਨੂੰ ਜਾ ਰਹੀਆਂ ਸੀ, ਗੈਰ ਰਾਜਨੀਤਿਕ ਮੋਰਚੇ ਦੇ ਨਾਂ ਥੱਲੇ ਜਾਂ ਕਿਸਾਨ ਮਜ਼ਦੂਰ ਮੋਰਚੇ ਦੇ ਨਾਂ ਥੱਲੇ। ਉਹਨਾਂ ਜਥੇਬੰਦੀਆਂ ਨੂੰ ਕੇਂਦਰ ਦੀ ਸ਼ਹਿ 'ਤੇ ਖੱਟਰ ਸਰਕਾਰ ਨੇ ਹਰਿਆਣੇ ਦੇ ਬਾਰਡਰਾਂ 'ਤੇ ਰੋਕਿਆ ਹੋਇਆ ਅਤੇ ਉੱਥੇ ਜਿਹੜਾ ਹੈਗਾ ਉਹਨਾਂ 'ਤੇ ਬਹੁਤ ਤਸ਼ੱਦਦ ਕੀਤਾ ਹੈਗਾ, ਰਬੜ ਦੀਆਂ ਗੋਲੀਆਂ ਵੀ ਚਲਾਈਆਂ ਨੇ, ਡਾਂਗ ਵੀ ਭਰਾਈ ਆ, ਅਥਰੂ ਗੈਂਸ ਦੇ ਗੋਲੇ ਵੀ ਸਿੱਟੇ ਆ, ਸੜਕਾਂ ਵੀ ਬੰਦ ਕੀਤੀਆਂ ਹੋਈਆਂ। ਅਸੀਂ ਜੋ ਉਹਨਾਂ 'ਤੇ ਤਸ਼ੱਦਦ ਕੀਤਾ ਗਿਆ, ਜੋ ਘਟਨਾਵਾਂ ਉੱਥੇ ਵਾਪਰੀਆਂ ਨੇ, ਅਸੀਂ ਉਹਨਾਂ ਸਾਥੀਆਂ ਦੀ ਸਪੋਰਟ ਵਿੱਚ ਹੀ ਅੱਜ ਅਤੇ ਕੱਲ੍ਹ 2 ਦਿਨ ਜਿਹੜਾ ਹੈਗਾ ਉਹ ਬੰਦ ਦਾ ਜਿਹੜਾ ਐਲਾਨ ਕੀਤਾ ਹੈਗਾ ਟੋਲ ਫਰੀ ਕਰਨ ਦਾ। ਅੱਜ ਟੋਲ ਫਰੀ ਆ, ਕੱਲ੍ਹ ਨੂੰ ਵੀ ਟੋਲ ਫਰੀ ਰਹਿਣਗੇ। ਕੱਲ੍ਹ ਅਤੇ ਪਰਸੋਂ 2 ਦਿਨ ਸੰਯੁਕਤ ਕਿਸਾਨ ਮੋਰਚੇ ਦੀਆਂ ਮੀਟਿੰਗਾਂ ਨੇ, ਜੋ ਸੰਯੁਕਤ ਕਿਸਾਨ ਮੋਰਚਾ ਫੈਸਲਾ ਕਰੂਗਾ ਉਹ ਅਸੀਂ ਤਨਦੇਹੀ ਨਾਲ ਲਾਗੂ ਕਰਾਂਗੇ। ਅੱਜ ਜਿਹੜਾ ਟੋਲ ਪਲਾਜ਼ਾ ਬੰਦ ਕੀਤਾ ਗਿਆ, ਭਾਵਾਂ ਪਿਛਲੀ 15 ਤਰੀਕ ਨੂੰ ਅਸੀਂ ਰੇਲਾਂ ਦਾ ਚੱਕਾ ਜਾਮ ਕੀਤਾ ਸੀ, ਭਾਵਾਂ ਅੱਜ ਭਾਜਪਾ ਦੇ ਵੱਡੇ ਲੀਡਰਾਂ ਦੇ ਬਾਰ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬੈਠੀ ਆ ਅਤੇ ਸਾਰੇ ਪੰਜਾਬ ਦੇ ਟੋਲ ਪਲਾਜ਼ੇ ਫ੍ਰੀ ਕੀਤੇ ਆ, ਉਹ ਸਿਰਫ ਜਿਹੜੇ ਸਾਡੇ ਸੰਘਰਸ਼ੀ ਯੋਧੇ ਪੰਜਾਬ ਦੇ ਬਾਰਡਰਾਂ 'ਤੇ ਡੱਕ ਲੈ ਗਏ ਆ ਇੱਕ ਪੀਸਫੁਲੀ ਅੰਦੋਲਨ ਕਰਨ ਜਾ ਰਿਹਾ ਨੂੰ, ਉਹਨਾਂ ਦੀ ਹਮਾਇਤ ਦੇ ਵਿੱਚ ਅਤੇ ਮੋਦੀ ਹਕੂਮਤ ਦੀ ਬਰਖਿਲਾਫ ਜਿਹੜੇ ਇਹ ਧਰਨਾ ਪ੍ਰਦਰਸ਼ਨ ਹੋ ਰਹੇ ਜੀ। ਕਿੰਨੇ ਦਿਨ ਦਾ ਜਿਹੜਾ ਇਹ ਹੈ ਦਿਨਪੁਰ ਰਾਤ ਦਾ ਧਰਨਾ ਜੀ, ਇਹ 2 ਦਿਨ ਦਾ ਐਲਾਨ ਕੀਤਾ ਹੋਇਆ ਜਥੇਬੰਦੀ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ, ਅਤੇ ਇਹ ਹੁਣ ਅੱਜ ਸ਼ਾਮ ਦੀ ਮੀਟਿੰਗ ਤੋਂ ਬਾਅਦ ਅਤੇ ਕੱਲ੍ਹ ਨੂੰ ਜਿਹੜਾ ਭਾਰਤ ਪੱਧਰ ਦਾ ਸੰਯੁਕਤ ਕਿਸਾਨ ਮੋਰਚਾ ਉਹਦੀ ਮੀਟਿੰਗ ਤੋਂ ਬਾਅਦ ਜਿਹੜਾ ਨਵਾਂ ਐਲਾਨ ਹੋਊਗਾ ਉਸੇ ਤਰ੍ਹਾਂ ਅਸੀਂ ਲਾਗੂ ਕਰਾਂਗੇ ਜੀ। ਐਕਸ਼ਨ ਦੇਖੋ ਜੀ, ਜਿਹੜੇ ਭਾਜਪਾ ਦੇ 3 ਵੱਡੇ ਲੀਡਰ ਜਿਵੇਂ ਇਹਨਾਂ ਦਾ ਕੈਪਟਨ ਰਮਿੰਦਰ ਸਿੰਘ, ਸੁਨੀਲ ਜਾਖੜ ਅਤੇ ਕੇਵਲ ਢਿੱਲੋਂ ਜਿਹੜਾ ਬਰਨਾਲੇ ਦਾ, ਇਹ 3 ਵੱਡੇ ਜਿਹੜੇ ਭਾਜਪਾ ਦੇ ਲੀਡਰ ਉਹਨਾਂ ਦੇ ਘਰਾਂ ਦੇ ਮੂਹਰੇ ਸਾਡੀ ਜਥੇਬੰਦੀ 2 ਦਿਨ ਲਈ ਧਰਨਾ ਦਿਨਪੁਰ ਰਾਤ ਦਾ ਲਾਊਗਾ ਅਤੇ ਸਾਰੇ ਪੰਜਾਬ ਦੇ ਟੋਲ ਪਲਾਜ਼ੇ ਫ੍ਰੀ ਕੀਤੇ ਪਹਿਲਾਂ ਵਾਲੀ ਤਰਜ਼ 'ਤੇ, ਕਿਉਂਕਿ ਜਿਹੜੀ ਮੋਦੀ ਦੀ ਧੌਣ ਦਾ ਕਿੱਲਾ ਕਾਇਮ ਕਰਨ ਵਾਲੇ ਲੋਕ ਆ ਉਹ ਕੋਆਪਰੇਟਿਵ ਘਰਾਣੇ ਆ, ਅਤੇ ਜਿਹੜੇ ਕੋਆਪਰੇਟਿਵ ਘਰਾਣੇ ਆ ਉਹਨਾਂ ਦੀਆਂ ਇਹ ਵੱਡੇ ਵੱਡੇ ਜਿਹੜੇ ਆਪਾਂ ਟੋਲ ਪਲਾਜ਼ੇ ਆ, ਵੱਡੇ ਵੱਡੇ ਸ਼ੋਪਿੰਗ ਮਾਲ ਆ, ਇਹਨਾਂ ਦੀ ਫੰਡਿੰਗ ਨਾਲ ਹੀ ਇਹ ਸਰਕਾਰ ਲੋਕਾਂ ਨੂੰ, ਆਮ ਲੋਕਾਂ ਨੂੰ ਕੁਛ ਨਹੀਂ ਸਮਝਦੀ। ਇਸ ਕਰਕੇ ਜਿਹੜੀ ਸਾਡੀ ਰਣਨੀਤੀ ਆ, ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹਦੀ ਜਦੋਂ ਆਪਾਂ ਸੱਟ ਇੱਥੇ ਮਾਰਦੇ ਹਾਂ ਤਾਂ ਇਹ ਜਾ ਕੇ ਸੱਟ ਮੋਦੀ ਸਰਕਾਰ ਦੇ ਵੱਜਦੀ ਆ, ਇਹੀ ਰਣਨੀਤੀ ਮੁਤਾਬਕ ਅਸੀਂ ਟੋਲ ਪਲਾਜ਼ੇ ਫ੍ਰੀ ਕੀਤੇ ਜੀ।